इस वे की एक बड़ी खबर तुहाडे नाल सांझी कर रहा, जिथे खबर तुहानू भी हैरान कर देवेगी, जिसनू सुन के तुहाडे रोंगटे खड़े हो जाएंगे। बठिंडा तो एक अजिहा मामला सामने आया जिथे गुरुद्वारा साहिब च दो कुड़ियां दे आपस च ही विआह करवा दिते गए ने। तुहानू दस दे कि मुल्तानिया नजदीक स्थित एक गुरुद्वारा साहिब च दो कुड़ियां दे 18 सितंबर नू आपस च ही विआह करवा दिते गए। दस दे कि दोवें कुड़ियां दे आनंद कारज गुरुद्वारा साहिब दे अंदर एक ग्रंथी दे वल्लों ही करवाए गए सन। जदों इस गल दा पता सिख जथेबंदियां नू लग्या तां उह गुरुद्वारा साहिब पहुंच गईयां ते इस नू लै के अकाल तख्त साहिब दे जथेदार नू वी जानकारी दे दित्ती गई है। सिख जगत च इस गल नू लै के रोस पाया जा रहा है ते हुण अकाल तख्त श्री दमदमा साहिब तों मैनेजमेंट कमेटी नू जानकारी लैण लई उत्थे भेजिया गया है। तां हुण इह मामला पूरी तरह ਪੱਖ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ 'ਚ ਸਿੱਖਾਂ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ, ਜਿਸ ਦੇ ਚੱਲਦੇ ਹੁਣ ਸਿੱਖ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਗ੍ਰੰਥੀ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਨੇ। ਗ੍ਰੰਥੀ ਸਿੰਘ ਗੁਰਦੁਆਰਾ ਕਿਲਾ ਮਰਗ ਸਾਹਿਬ ਪਾਤਸ਼ਾਹ ਬਠਿੰਡਾ ਅਤੇ ਜੋ ਅੱਜ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਮੁਲਤਾਨੀਆ ਰੋਡ 'ਤੇ ਜੋ ਮਸਲੇ ਦੇ ਸੰਬੰਧ ਵਿੱਚ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ। ਸੋ 18 ਸਤੰਬਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਇੱਕ ਆਨੰਦ ਕਾਰਜ ਇੱਕ ਲੜਕੀ ਦੇ ਨਾਲ ਹੋਇਆ, ਉਹਦੇ ਸੰਬੰਧੀ ਜੋ ਸਿੱਖ ਪਰਾਮਾਂ ਦਾ ਘਾਣ ਕੀਤਾ ਗਿਆ। ਸੋ ਸਿੱਖ ਜਥੇਬੰਦੀਆਂ ਅੱਜ ਇੱਥੇ ਇਕੱਤਰ ਹੋਈਆਂ ਨੇ। ਸੋ ਜਿਸ ਤਰ੍ਹਾਂ ਵੀ ਇਹ ਮਸਲਾ ਵਿਚਾਰ ਕੇ ਤਖ਼ਤ ਸਾਹਿਬ 'ਤੇ ਪਹੁੰਚਾਇਆ ਜਾਵੇਗਾ, ਜਿਸ ਤਰ੍ਹਾਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਧਿਆਨ ਦੇ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਜਾਵੇਗਾ। ਜੋ ਸਿੱਖ ਪਰੰਪਰਾਵਾਂ ਅਨੁਸਾਰ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਸੋ ਇਹ ਇੱਕ ਨਿੰਦਣਯੋਗ ਘਟਨਾ ਹੋਈ ਹੈ। ਸੋ ਇਸ ਤਰ੍ਹਾਂ ਦਾ ਕਦੇ ਵੀ ਸਿੱਖ ਧਰਮ ਦੇ ਵਿੱਚ ਨਹੀਂ ਹੋਇਆ। ਇਹ ਆਨੰਦ ਕਾਰਜ ਗੁਰਮਰਯਾਦਾ ਦੇ ਉਲਟ ਹੋਇਆ ਹੈ। ਇਸ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਖੇਧੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗ੍ਰੰਥੀ ਸਾਹਿਬਾਨਾਂ ਵੱਲੋਂ ਜੋ ਸਾਨੂੰ ਉਹਨਾਂ ਨੇ ਦੱਸਿਆ ਹੈ, ਇੱਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਜੋ ਗ੍ਰੰਥੀ ਸਿੰਘ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਸੀ ਕਿ ਦੋਨੇ ਲੜਕੀਆਂ ਨੇ ਅਤੇ ਕਮੇਟੀ ਵੀ ਬਰਾਬਰ ਦੀ ਹੀ ਦੋਸ਼ੀ ਹੈ, ਕਿਉਂਕਿ ਕਮੇਟੀ ਇੱਕ ਪ੍ਰਬੰਧ ਚਲਾਉਣ ਵਾਸਤੇ, ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਵਾਸਤੇ ਇੱਕ ਕਮੇਟੀ ਨਿਯੁਕਤ ਕੀਤੀ ਜਾਂਦੀ ਹੈ। ਇਸ ਲਈ ਉਹ ਕਮੇਟੀ ਦੇ ਧਿਆਨ ਦੇ ਵਿੱਚ ਵੀ ਮਸਲਾ ਹੋਵੇਗਾ। ਇਹ ਇੱਕ ਗਿਣੀਮਤੀ ਸਾਸਤ ਵੀ ਹੋ ਸਕਦੀ ਹੈ, ਸਿੱਖ ਪਰੰਪਰਾਵਾਂ ਦਾ ਘਾਣ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਇੱਕ ਮਾਨਸਾ ਤੋਂ ਦੱਸਦੇ ਆ, ਇੱਕ ਸਿੰਘ, ਇੱਕ ਤਾਂ ਮਾਨਸਾ ਤੋਂ ਦੱਸਦੇ ਆ ਪਰਿਵਾਰ, ਇੱਕ ਆਪਣੇ ਇੱਥੋਂ ਬਠਿੰਡੇ ਦਾ ਪਰਿਵਾਰ ਆ ਜਿਨ੍ਹਾਂ ਦਾ ਆਨੰਦ ਕਾਰਜ ਹੋਇਆ। ਹਾਂਜੀ, ਉਹਨਾਂ ਨੇ ਪ੍ਰੋਪਰ ਜੋ ਪਰੂਫ ਆਨੰਦ ਕਾਰਜ ਦੇ ਲਈ ਲੈਂਦੇ ਨੇ ਉਹ ਸਾਰੇ ਪਰੂਫ ਉਹਨਾਂ ਨੇ ਲਏ ਆ, ਪਰ ਇਹਨਾਂ ਨੂੰ ਪਤਾ ਸੀਗਾ ਵੀ ਇਹ ਦੋਨੇ ਲੜਕੀਆਂ ਨੇ। ਹੁਣ ਜੋ ਵੀ ਸਿੱਖ ਜਥੇਬੰਦੀਆਂ ਅਤੇ ਤਖ਼ਤ ਸਾਹਿਬ ਦੇ ਧਿਆਨ ਦੇ ਵਿੱਚ ਇਹ ਮਸਲਾ ਲਿਆਂਦਾ ਜਾਵੇਗਾ, ਜੋ ਵੀ ਇਹ ਹੋਇਆ ਅਤੇ ਘਟਨਾਕ੍ਰਮ ਹੋਇਆ ਸਾਰਾ ਮਸਲਾ ਲਿਖਤੀ ਰੂਪ ਦੇ ਵਿੱਚ ਉੱਥੇ ਜਾਵੇਗਾ, ਉਸ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ। ਸਿੱਖ ਜਥੇਬੰਦੀਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਮੈਨੇਜਰ ਸਾਹਿਬ ਅਤੇ ਧੰਨ ਪ੍ਰਚਾਰ ਕਮੇਟੀ ਦੇ ਇੰਚਾਰਜ ਸਾਹਿਬ ਅਤੇ ਮਾਲਵਾ ਜੋਨ ਦੇ ਇੰਚਾਰਜ ਭਾਈ ਨਰਪੈਰ ਸਿੰਘ ਜਿਉਂਦ ਸਾਰੇ ਪਹੁੰਚੇ ਨੇ। ਸੋ ਅਗਲੇ ਦੀ ਕਾਰਵਾਈ ਲਈ ਉਹਨਾਂ ਤੋਂ ਲਿਖਤੀ ਸਾਰੇ ਬਿਆਨ ਹੋ ਰਹੇ ਨੇ। ਜਿਹੜੇ ਗੁਰਦੁਆਰਾ ਦੇ ਜਿਹੜੇ ਸੰਭਾਲ ਦੇ ਜਿਹੜੇ ਮੈਨੇਜਰ ਨੇ ਇੰਚਾਰਜ ਨੇ ਉਹਨਾਂ ਦਾ ਕੀ ਨਾਮ ਹੈ, ਜਿਨ੍ਹਾਂ ਦੇ ਵੱਲੋਂ ਗਲਤੀ ਕੀਤੀ ਗਈ ਹੈ? ਇਹ ਇੱਥੋਂ ਦੇ ਗ੍ਰੰਥੀ ਸਿੰਘਾਂ ਦੇ ਅਸੀਂ ਨਾਮ ਨਹੀਂ ਜਾਣਦੇ, ਦੋਨੇ ਗ੍ਰੰਥੀ ਸਿੰਘਾਂ ਨੂੰ ਅਸੀਂ ਮਿਲੇ ਹਾਂ। ਹਰਦੇਵ ਸਿੰਘ ਦੱਸ ਰਹੇ ਸੀਗੇ, ਇੱਕ ਅਜੈਬ ਸਿੰਘ ਜੀ। ਅੱਜ ਜਿਹੜਾ ਮਸਲਾ, ਇਹ 18 ਤਰੀਕ ਦੀ ਘਟਨਾ ਆ ਜਿਹੜੀ ਕਲਗੀਧਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੀ ਆ। ਇੱਥੋਂ ਦੀ ਉਹਦੀ ਜਿਹੜੀ ਮੈਨੇਜਮੈਂਟ, ਉਹ ਵੀ ਜ਼ਿੰਮੇਵਾਰ ਆ। ਜਿਹੜੇ ਇੱਥੋਂ ਦੇ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਨੇ ਉਹ ਵੀ ਪ੍ਰੋਪਰ ਜ਼ਿੰਮੇਵਾਰ ਨੇ, ਕਿਉਂਕਿ ਇਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਸਿੱਖਾਂ ਦੀਆਂ ਪਰੰਪਰਾਵਾਂ ਕੀ ਨੇ, ਸਿੱਖਾਂ ਦੀ ਰਹਿਤ ਮਰਯਾਦਾ ਕੀ ਆਉਂਦੀ ਆ, ਉਹਦੇ ਉਲਟ ਜਾ ਕੇ ਇਹਨਾਂ ਨੇ ਇੱਕ ਦੋ ਕੁੜੀਆਂ ਦੇ ਆਨੰਦ ਕਾਰਜ ਕੀਤੇ ਨੇ, ਕਿਸੇ ਲਾਲਚ ਵੱਸ ਕੀਤੇ ਨੇ ਜਾਂ ਕੋਈ ਹੋਰ ਕਾਰਨ, ਉਹ ਤਾਂ ਇਹੀ ਦੱਸਣਗੇ ਜਦੋਂ ਜਾਂਚ ਹੋਊਗੀ, ਉਹਦੇ ਵਿੱਚ ਆਊ ਸਾਰਾ ਕੁਛ। ਅਤੇ ਅਸੀਂ ਜਥੇਦਾਰ ਸਾਹਿਬ ਨੂੰ ਇਹੀ ਅਪੀਲ ਦੀ ਹੁਣ ਐਪਲੀਕੇਸ਼ਨ ਅਰਜੀ ਭੇਜ ਰਹੇ ਹਾਂ
ਜਥੇਬੰਦੀਆਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਵੀ ਇੱਥੋਂ ਦੀ ਜਿਹੜੀ ਕਮੇਟੀ ਆ ਪ੍ਰਬੰਧਕ ਕਮੇਟੀ ਬਣੀ ਆ ਉਹ ਨਾ ਤਾਂ ਗੱਲ ਸੁਣਨ ਨੂੰ ਤਿਆਰ ਆ ਕਿਸੇ ਦੀ ਨਾ ਕਿਸੇ ਦਾ ਫੋਨ ਚੱਕਦੇ ਆ ਅਤੇ ਉਹਨਾਂ ਨੂੰ ਤੁਰੰਤ ਬਰਖਾਸਤ ਕਰਕੇ ਇੱਥੇ ਜੋ ਇਹਨਾਂ ਦੇ ਮੁਲਾਜ਼ਮ ਨੇ ਜਿਨ੍ਹਾਂ ਨੇ ਇਹ ਕੀਤਾ ਕੀਰਤਨ ਆਪਣਾ ਕੀਰਤਨ ਵੀ ਕੀਤਾ ਅਤੇ ਆਨੰਦ ਕਾਰਜ ਵੀ ਕਰੇ ਆ ਉਹਨਾਂ ਨੂੰ ਵੀ ਬਰਖਾਸਤ ਕਰਕੇ ਜਿਹੜੀ ਬਣਦੀ ਸਜ਼ਾ ਉਹਨਾਂ ਨੂੰ ਧਾਰਮਿਕ ਜਾਂ ਕੋਈ ਵੀ ਜਿਹੜੀ ਆ ਉਹ ਬਣਦੀ ਸਜ਼ਾ ਉਹ ਦੇਣੀ ਚਾਹੀਦੀ ਆ ਅਤੇ ਇੱਥੇ ਜਾਂ ਤਾਂ ਸ਼੍ਰੋਮਣੀ ਕਮੇਟੀ ਇਹ ਗੁਰਦੁਆਰਾ ਸਾਹਿਬ ਨੂੰ ਆਪਣੇ ਕੰਟਰੋਲ ਦੇ ਵਿੱਚ ਲਵੇ ਅਤੇ ਨਹੀਂ ਤਾਂ ਫਿਰ ਗੁਰਸਿੱਖਾਂ ਦੀ ਇੱਥੇ ਕਮੇਟੀ ਬਣਾ ਕੇ ਨਾਲ ਸਿੱਖ ਜਥੇਬੰਦੀਆਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਅਤੇ ਇਸ ਪ੍ਰਬੰਧ ਨੂੰ ਅੱਗੇ ਫਿਰ ਵਧਾਇਆ ਜਾਵੇ ਹੁਣ ਸਾਡੀ ਅਪੀਲ ਤਾਂ ਇਹੀ ਹੈ। ਹਾਂਜੀ, ਮੈਂ ਦਾਸ ਪਰਮਿੰਦਰ ਸਿੰਘ ਬਾਲਿਆਂਵਾਲੀ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਨਾਲ ਮੇਰੇ ਬਾਬਾ ਹਰਦੀਪ ਸਿੰਘ ਜੀ ਮਹਾਰਾਜ। ਅਸੀਂ ਅੱਜ ਪੰਥਕ ਜਥੇਬੰਦੀਆਂ ਵੱਲੋਂ ਇੱਥੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਬਠਿੰਡਾ ਵਿਖੇ ਆਏ ਹਾਂ। ਇੱਥੇ ਅੱਜ ਬਹੁਤ ਹੀ ਸਾਨੂੰ ਜਦੋਂ ਉੱਥੇ ਪਤਾ ਲੱਗਿਆ ਸੀ ਸਵੇਰੇ ਕਿ ਇੱਥੇ ਇੱਕ ਬਹੁਤ ਹੀ ਇੱਕ ਨਿੰਦਣੀ ਐਡੀ ਵੱਡੀ ਘਟਨਾ ਵਾਪਰੀ ਹੈ ਜਿਹੜੀ ਸਿੱਖ ਪੰਥ ਦੇ ਵਿੱਚ ਕਿਤੇ ਵੀ ਗਵਾਰਾ ਨਹੀਂ ਖਾਂਦੀ ਕਿ ਅਸੀਂ ਇਸ ਘਟਨਾ ਨੂੰ ਮਤਲਬ ਹਾਜ਼ਮ ਕਰ ਸਕੀਏ। ਅਤੇ ਇੱਥੇ ਦੋ ਕੁੜੀਆਂ ਦੇ ਗੁਰਦੁਆਰੇ ਦੀ ਕਮੇਟੀ ਵੱਲੋਂ ਅਤੇ ਗ੍ਰੰਥੀ ਸਿੰਘਾਂ ਵੱਲੋਂ ਦੋ ਕੁੜੀਆਂ ਦੇ ਆਪਸ ਦੇ ਵਿੱਚ ਆਨੰਦ ਕਾਰਜ ਕੀਤੇ ਗਏ ਹੈ ਜੋ ਕਿ ਸਿੱਖ ਪਰੰਪਰਾਵਾਂ ਦਾ ਬਹੁਤ ਵੱਡੀ ਪੱਧਰ 'ਤੇ ਘਾਣ ਕੀਤਾ ਗਿਆ ਕਿਉਂਕਿ ਸਿੱਖ ਪਰੰਪਰਾਵਾਂ ਅਨੁਸਾਰ ਇੱਕ ਪਤੀ ਅਤੇ ਪਤਨੀ ਦਾ ਹੀ ਜਿਹੜਾ ਆਨੰਦ ਕਾਰਜ ਹੋ ਸਕਦਾ, ਪਤੀ ਅਤੇ ਪਤਨੀ ਦਾ ਹੀ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਮੇਲ ਹੋ ਸਕਦਾ, ਹੋਰ ਕੋਈ ਵੀ ਮੇਲ ਜਿਹੜਾ ਕੋਈ ਗਲਤ ਹੁੰਦਾ ਤਾਂ ਉਹ ਸਾਡੀ ਅਕਾਲ ਤਖ਼ਤ ਦੀ ਮਰਿਆਦਾ ਅਨੁਸਾਰ ਉਹ ਨਿਰਮਹਿਣੇ ਹੈ, ਉਹਨੂੰ ਅਸੀਂ ਮਰਿਆਦਾ ਦੇ ਅਨੁਸਾਰ ਨਹੀਂ ਕਰ ਸਕਦੇ। ਅਤੇ ਅਸੀਂ ਇਹਨਾਂ ਨਾਲ ਗ੍ਰੰਥੀ ਸਿੰਘਾਂ ਨਾਲ ਗੱਲਬਾਤ ਕੀਤੀ, ਇਹ ਸਾਡੇ ਪਹਿਲੀ ਸੱਟੀ ਜਦੋਂ ਅਸੀਂ ਇਹਨਾਂ ਨਾਲ ਆ ਕੇ ਗੱਲ ਕੀਤੀ ਆ ਉਹ ਕਹਿੰਦੇ ਵੀ ਹਾਂ ਸਾਨੂੰ ਪਤਾ ਸੀ ਸਾਡੇ ਕੋਲ ਆਧਾਰ ਕਾਰਡ ਆ ਗਏ ਵੀ ਅਸੀਂ ਇਹ ਦੋ ਕੁੜੀਆਂ ਦੇ ਆਨੰਦ ਕਾਰਜ ਕਰਾਉਣੇ ਹੈ ਪਰ ਅਸੀਂ ਉਹਨਾਂ ਨੂੰ ਦੱਸਤਾ ਵੀ 2400 ਰੁਪਈਆ ਲੱਗੂ। ਇਹਨਾਂ ਨੇ ਆਪਦੀਆਂ ਪੰਥਕ ਪਰੰਪਰਾਵਾਂ ਨੂੰ ਘਾਣ ਕੀਤਾ, ਕੋਈ ਇਹਨਾਂ ਦਾ ਨਿੱਜੀ ਲਾਲਚ ਹੋਊਗਾ, ਕੋਈ ਇਹਨਾਂ ਨੇ ਨਿੱਜੀ ਲਾਲਚ ਪਿੱਛੇ ਸਿੱਖ ਪਰੰਪਰਾਵਾਂ ਦੀਆਂ ਘਾਣ ਪਰੰਪਰਾਵਾਂ ਦਾ ਘਾਣ ਕੀਤਾ। ਅਸੀਂ ਤਖ਼ਤ ਸਾਹਿਬ ਦੇ ਜਿਹੜਾ ਆਪਣਾ ਹੁਣ ਇੱਥੋਂ ਇੱਕ ਐਪਲੀਕੇਸ਼ਨ ਦੇ ਕੇ ਜਥੇਦਾਰ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਤੁਰੰਤ ਜਿਹੜੀ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨੇ ਸਰਟੀਫਿਕੇਟ ਵੀ ਜਾਰੀ ਕਰ ਰੱਖਿਆ ਉਹਨਾਂ ਨੂੰ ਅਤੇ ਉਹ ਸਰਟੀਫਿਕੇਟ ਸਾਡੇ ਕੋਲ ਹੈ ਅਤੇ ਅਸੀਂ ਅਪੀਲ ਕਰਦੇ ਹਾਂ ਕਿ ਤੁਰੰਤ ਇਸ ਕਮੇਟੀ ਨੂੰ ਬਰਖਾਸਤ ਕਰਕੇ ਸ਼੍ਰੋਮਣੀ ਕਮੇਟੀ ਨੂੰ ਆਪਦੇ ਇੱਥੇ ਪ੍ਰਬੰਧਕ ਲਾ ਕੇ ਇਸ ਨੂੰ ਆਪਦੇ ਹੱਥ 'ਚ ਲੈ ਲੈਣਾ ਚਾਹੀਦਾ ਅਤੇ ਗ੍ਰੰਥੀ ਸਿੰਘਾਂ ਨੂੰ ਤੁਰੰਤ ਇੱਥੋਂ ਜਿਹੜਾ ਹੈ ਇੱਥੋਂ ਚੱਲਦਾ ਕਰਨਾ ਚਾਹੀਦਾ। ਅਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਸਿੱਖ ਪਰੰਪਰਾਵਾਂ ਅਨੁਸਾਰ ਇਹੋ ਜਿਹੇ ਮਸੰਦਾਂ ਨੂੰ ਜਿਵੇਂ ਗੁਰੂ ਸਾਹਿਬ ਨੇ ਤੇਲ ਦੇ ਕੜਾਹਿਆਂ ਦੇ ਵਿੱਚ ਪਾ ਕੇ ਸਾੜਿਆ ਸੀ ਇਸ ਤਰ੍ਹਾਂ ਇਹਨਾਂ 'ਤੇ ਕੋਈ ਠੋਸ ਕਾਰਵਾਈ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਰਨੀ ਚਾਹੀਦੀ ਹੈ।